ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਚੱਡਾ ਜੀ ਦੇ ਦਫ਼ਤਰ ਵਿਖੇ ਖੜ੍ਹੇ ਹਾਂ, ਜਿੱਥੇ ਅੱਜ ਇਹਨਾਂ ਵੱਲੋਂ ਅੱਜ ਕਾਫ਼ੀ ਦਿਨਾਂ ਤੋਂ ਜਿਹੜੇ ਪ੍ਰਚਾਰ ਕੀਤਾ ਜਾ ਰਿਹਾ। ਦਿਨੇਸ਼ ਚੱਡਾ ਜੀ, ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਹੰਗਾਰਾ ਮਿਲਿਆ ਪਹਿਲਾਂ ਤੁਹਾਨੂੰ? ਦੇਖੋ ਜੀ, ਐਤਕੀ ਬਦਲਾਅ ਜਿਹਨੂੰ ਕਹਿੰਦੇ ਆ, ਉਹ ਬਦਲਾਅ ਸਾਨੂੰ ਦੇਖਣ ਨੂੰ ਮਿਲਿਆ। ਮੈਂ ਤਾਂ ਇੱਕ ਸਧਾਰਨ ਆਦਮੀ ਹੈ ਅਤੇ ਕੋਈ ਕਰੋੜਪਤੀ ਅਰਬਪਤੀ ਨਹੀਂ ਹੈਗਾ, ਪਰ ਉਲਟਾ ਕੰਮ ਹੋ ਰਿਹਾ। ਸਾਨੂੰ ਪਿੰਡਾਂ ਜਾ ਕੇ ਲੋਕਾਂ ਨੂੰ ਨਹੀਂ ਲੱਭਣਾ ਪੈ ਰਿਹਾ, ਲੋਕ ਸਾਨੂੰ ਬੁਲਾ ਰਹੇ ਆ, ਸਾਨੂੰ ਤੋੜ ਰਹੇ ਆ। ਕਈ ਵਾਰ ਕਿਉਂਕਿ ਸਾਡੇ ਕੋਲ ਐਡਾ ਸਿਸਟਮ ਨਹੀਂ ਹੈ, ਐਡੀਆਂ ਬੜੀਆਂ ਟੀਮਾਂ ਨਹੀਂ ਹੈਗੀਆਂ, ਕਈ ਵਾਰ ਸਾਡੇ ਕੋਲ ਫੋਨ ਮਿਸ ਹੋ ਜਾਂਦੇ, ਮੋੜ ਕੇ ਕਰਨੇ ਔਖੇ ਹੁੰਦੇ, ਤਾਂ ਸਾਨੂੰ ਲੋਕਾਂ ਦਾ ਉਲਟਾ ਲੰਭਾ ਆਉਂਦਾ ਕਿ ਸਾਡੇ ਕੋਲ ਆਏ ਕਿਉਂ ਨਹੀਂ। ਤੋ ਐਤਕੀ ਜਿਹੜੀ ਲੜਾਈ ਲੜੀ ਜਾ ਰਹੀ ਹੈ ਨਾ, ਕੋਈ ਇਹ ਵਹਿਮ ਕੱਢ ਦੇਵੇ। ਮੈਨੂੰ ਵੀ ਇਹ ਵਹਿਮ ਨਹੀਂ ਹੈਗਾ ਵੀ ਮੈਂ ਲੜਾਈ ਲੜ ਰਿਹਾ, ਇਹ ਬਦਲਾਅ ਦੀ ਲੜਾਈ ਮੈਂ ਨਹੀਂ ਇਕੱਲਾ ਲੜ ਸਕਦਾ, ਇਹ ਲੜਾਈ ਲੋਕ ਆਪ ਲੜ ਰਹੇ ਨੇ। ਹਾਲੇ ਤੱਕ ਬੀਜੇਪੀ ਦਾ ਉਮੀਦਵਾਰ ਨਹੀਂ ਐਲਾਨਿਆ ਗਿਆ, ਅਤੇ ਕਿਆ ਲੱਗਦਾ ਵੀ ਕੋਈ ਬਦਲਾਅ ਆ ਸਕਦਾ ਬੀਜੇਪੀ ਦੇ ਉਮੀਦਵਾਰ ਤੋਂ ਬਾਅਦ? ਬੀਜੇਪੀ ਦੀ ਉਮੀਦਵਾਰ ਦੀ ਲੋੜ ਹੈ ਪੰਜਾਬ 'ਚ, ਬੀਜੇਪੀ ਦੇ ਉਮੀਦਵਾਰ ਨਾਲ ਕਿਆ ਫਰਕ ਪੈਂਦਾ ਪੰਜਾਬ 'ਚ? ਨਹੀਂ, ਦੱਸਿਆ ਜਾ ਰਿਹਾ ਨਾ ਵੀ ਬੀਜੇਪੀ ਤੋਂ ਬਾਅਦ ਹੀ ਅਸੀਂ ਅਸਲੀ ਉਹ ਲਾਇਆ ਜਾ ਸਕਦਾ, ਕੈਸ਼ ਲਾਇਆ ਜਾ ਸਕਦਾ। ਬੀਜੇਪੀ ਦੇ ਨਾਲ ਕੋਈ ਪਲੱਸ ਮਾਈਨਸ ਕੋਈ ਫਰਕ ਨਹੀਂ ਪੈਂਦਾ, ਬੀਜੇਪੀ ਮਾਈਨਸ ਜੀਰੋ ਜਾਂ ਪਲੱਸ ਜੀਰੋ ਕਰ ਦਿਉ, ਉਹਦੇ ਨਾਲ ਕਿਆ ਫਰਕ ਪੈਂਦਾ ਜੀ? ਬੀਜੇਪੀ ਤਾਂ ਜਿਹਨੇ ਪੰਜਾਬ ਦਾ ਐਡਾ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਕਦੇ ਪੰਜਾਬ 'ਚ ਵੋਟ ਪੈ ਜੂਗੀ ਕਦੇ? ਮੈਂ ਤਾਂ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਯਾਰ ਨਾ, ਚੋਣਾਂ ਲੜਨੀਆਂ, ਕਿਸੇ ਨੇ ਆਪਣੇ ਤੌਰ 'ਤੇ ਲੜਨੀ ਲੜ ਲਵੇ। ਜਿਹੜੀ ਬੀਜੇਪੀ ਨਾਲ ਪੰਜਾਬ ਦੀ ਐਡੀ ਵੱਡੀ ਲੜਾਈ ਰਹੀ ਹੈ, ਉਹਦੇ ਨਿਸ਼ਾਨ 'ਤੇ ਵੈਸੇ ਕਿਉਂ ਲੋਕ ਵੋਟ ਪਾਉਣਗੇ ਪੰਜਾਬ ਦੀ, ਕੋਈ ਸਵਾਲ ਨਹੀਂ ਪੈਦਾ ਹੁੰਦਾ। ਦੂਜੀ ਗੱਲ, ਭਗਵੰਤ ਮਾਨ ਦਾ ਜਦੋਂ ਚਿਹਰਾ ਸੀਐਮ ਦਾ ਐਲਾਨਿਆ ਗਿਆ, ਤਾਂ ਉਹਦੇ ਬਾਅਦ ਕਿੱਦਾਂ ਦੇ ਸਮੀਕਰਨ ਲੱਗੇ ਤੁਹਾਨੂੰ? ਸਮੀਕਰਨ ਉਹਦੇ ਬਾਅਦ 'ਚ ਬਦਲ ਗਏ ਜੀ ਪੂਰੇ, ਅਤੇ ਕੈਲਕੂਲੇਟਰ ਦੱਬ ਹੋ ਗਿਆ, ਉਹ ਪਲੱਸ 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 ਇਹ ਹੁੰਦਾ ਰਿਹਾ, ਕਿਉਂਕਿ ਲੋਕ ਦੇਖਦੇ ਆ ਵੀ ਇੱਕ ਬੰਦਾ ਯਾਰ ਜਿਹਨੇ ਮਿੱਠੀਆਂ ਮਿਰਚਾਂ ਤੋਂ ਲੈ ਕੇ ਅੱਜ ਤੱਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਭਾਰਿਆ, ਵੀ ਪਰ ਉਭਾਰਿਆ ਕਿਵੇਂ? ਲੋਕਾਂ ਨੂੰ ਹਸਾ ਹਸਾ ਕੇ, ਲੋਕਾਂ ਨੂੰ ਹਸਾ ਹਸਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਧਾਰਨ ਵਾਲਾ ਇੱਕੇ ਲੀਡਰ ਭਗਵੰਤ ਮਾਨ ਹੈ। ਹੁਣ ਲੋਕ ਸਮਝਦੇ ਇਸ ਗੱਲ ਨੂੰ ਕਿ ਜਿਹੜਾ ਬੰਦਾ ਮਿੱਠੀਆਂ ਮਿਰਚਾਂ ਤੋਂ ਲੈ ਕੇ ਅੱਜ ਤੱਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਸਾ ਹਸਾ ਕੇ ਉਭਾਰਦਾ ਰਿਹਾ, ਜਦੋਂ ਮੁੱਖ ਮੰਤਰੀ ਉਹ ਪੰਜਾਬ ਦਾ ਬਣ ਗਿਆ, ਹੁਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਹਾਸੇ ਲੈ ਕੇ ਆਏਗਾ। ਇੱਕ ਨਵੀਂ ਟਿਕਟ ਲੈ ਕੇ ਆਏ ਹਾਂ ਕਿਸਾਨਾਂ ਦੀ ਟਿਕਟ, ਜਿਹਨਾਂ ਦੇ ਆਉਂਦੇ ਹੀ ਵਿਰੋਧ ਵੀ ਹੋਇਆ, ਅਤੇ ਜਿਵੇਂ ਕਿ ਤੁਹਾਡੇ ਬਾਜਵਾ ਸਾਹਿਬ, ਇਹਨਾਂ ਬਾਰੇ ਕਿਆ ਕਹਿਣਾ ਤੁਸੀਂ? ਨਹੀਂ, ਅਸੀਂ ਦੇਖੋ ਆਪਣੀ ਲੜਾਈ ਲੜ ਰਹੇ ਹਾਂ। ਤੁਸੀਂ, ਮੈਂ ਤਾਂ ਮੀਡੀਆ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਸਕੂਲਾਂ ਦੀ ਗੱਲ ਕਰੀਏ, ਹਸਪਤਾਲਾਂ ਦੀ ਗੱਲ ਕਰੀਏ, ਅਸੀਂ ਰੋਜ਼ਗਾਰ ਦੀ ਗੱਲ ਕਰੀਏ, ਅਸੀਂ ਬਿਜਲੀ ਦੀ ਗੱਲ ਕਰੀਏ, ਅਸੀਂ ਰੋਪੜ ਦੇ ਥਰਮਲ ਪਲਾਂਟ ਦੀ ਗੱਲ ਕਰੀਏ, ਅਸੀਂ ਅੰਬੂਜਾ ਦੇ ਪੋਲਿਊਸ਼ਨ ਦੀ ਗੱਲ ਕਰੀਏ, ਅਸੀਂ ਉੱਜੜ ਜਿਹੜੀ ਇਹਨਾਂ ਵੱਲੋਂ ਰਵਾਇਤੀ ਪਾਰਟੀਆਂ ਵੱਲੋਂ ਉਜਾੜੀ ਗਈ ਟਰੱਕ ਯੂਨੀਅਨ ਦੀ ਗੱਲ ਕਰੀਏ, ਅਸੀਂ ਰੋਪੜ ਸ਼ਹਿਰ ਦੇ ਘਰਾਂ 'ਚ ਪਿੜ ਰਹੇ ਸੀਵਰੇਜ ਦੇ ਪਾਣੀ ਦੀ ਗੱਲ ਕਰੀਏ, ਅਸੀਂ ਜਿਹੜਾ ਪੀਣ ਵਾਲਾ ਪਾਣੀ ਨਹੀਂ ਮਿਲਦਾ ਉਹਦੀ ਗੱਲ ਕਰੀਏ। ਤੁਸੀਂ ਪਰਸਨਲ ਬੰਦੇ ਨੇ ਕਿਉਂ ਗੱਲਾਂ ਕਰੀ ਜਾਂਦੇ? ਲੋਕਾਂ ਨੇ ਲੜਾਈ ਵੋਟ ਮੁੱਦਿਆਂ ਨੂੰ ਪਾਣੀ ਹੈ, ਕਿਸੇ ਨਾਲ ਕਿਸੇ ਪਰਸਨਲ ਬੰਦੇ ਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਕੋਈ ਲੈਣ ਦੇਣ ਨਹੀਂ, ਪਰ ਮੁੱਦਿਆਂ 'ਤੇ ਆਈਏ, ਮੁੱਦਿਆਂ 'ਤੇ ਗੱਲ ਕਰੀਏ। ਅੱਜ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਜ਼ਰੂਰੀ ਹੈ, ਕਿਸੇ ਇੱਕ ਬੰਦਾ ਕਿਹੜਾ ਕਿਹੜੀ ਪਾਰਟੀ ਦੀ ਟਿਕਟ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਚੱਲ ਮੁੱਦਿਆਂ ਦੀ ਗੱਲ ਕਰ ਲਈਏ, ਤਾਂ ਮੁੱਦੇ ਦਾ ਤੁਸੀਂ ਕੱਲ੍ਹ ਦੇਖ ਰਹੇ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਰੋਪੜ ਦੀ, ਜਿਹੜੇ ਪਾਣੀ ਦੇ ਖੱਡੇ ਵਿੱਚ ਗਿਰੀ ਹੋਈ ਕਾਰ ਹੈ। ਨਹੀਂ, ਰੋਪੜ ਦੇ ਵਿੱਚ ਤਾਂ ਖੱਡੇ 'ਚ ਤਾਂ ਜਿਹੜੀ ਕਾਰ ਗਿਰੀ ਵੀ ਹੈ ਉਹ ਤਾਂ ਵਾਇਰਲ ਚਲੋ ਹੋ ਹੀ ਰਹੀ ਹੈ, ਰੋਪੜ 'ਚ ਹੈ ਕੀ ਹੈ, ਇਹਨਾਂ ਨੇ ਬਣਾਇਆ ਕੀ ਹੈ ਰੋਪੜ 'ਚ? ਰੋਪੜ ਦਾ ਸੀਵਰੇਜ ਦਾ ਪਾਣੀ, ਮੈਂ ਕਹਿੰਦਾ ਅੱਜ ਸਭ ਤੋਂ ਪੰਜਾਬ 'ਚ ਮੈਨੂੰ ਇੱਕ ਐਗਜ਼ਾਮਪਲ ਦੇ ਦੇਣ, ਇੱਥੇ ਜਿੰਨਿਆਂ ਦੇ ਇਹਨਾਂ ਨੇ ਫਲੈਕਸ ਬੋਰਡ ਲਾ ਤੇ ਜਿੱਤੇਗਾ ਰੋਪੜ ਕੰਧਾਂ ਦੇ ਉੱਪਰ, ਉਹ ਇੰਨੀ ਕੁ ਤਾਂ ਸ਼ਰਮ ਕਰ ਲਓ, ਉਨੇ ਪੈਸੇ ਨਾਲ ਸ਼ਾਇਦ ਤੁਸੀਂ ਰੋਪੜ ਦਾ ਸੀਵਰੇਜ ਠੀਕ ਕਰਾਉਣ ਦੇ? ਭਾਈ, ਰੋਪੜ ਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ 'ਚ ਫਿਰਦਾ, ਤੁਸੀਂ ਕਹਿ ਰਹੇ ਵੀ ਰੋਪੜ ਤੁਹਾਡੇ ਨਾਲ ਕਿਵੇਂ ਜਿੱਜੂਗਾ? ਤੁਸੀਂ ਤਾਂ ਲੋਕਾਂ ਦੇ ਘਰਾਂ ਸੀਵਰੇਜ ਦਾ ਪਾਣੀ ਵਾੜਤਾ। ਆਹ ਖੜ੍ਹੇ ਆ ਜੈਲ ਸਿੰਘ ਨਗਰ ਸਾਹਿਬ ਦੇ ਪੋਸ਼ ਏਰੀਆ ਜਿਹਨੂੰ ਕਹਿੰਦੇ ਰੋਪੜ ਦਾ, ਇੱਥੇ ਦੇਖੋ ਪਿੰਡਾਂ ਦੀਆਂ ਗੋਰੀਆਂ ਵਾਂਗੂ ਪਾਣੀ ਖੜ੍ਹਾ ਵਾ, ਪੀਣ ਵਾਲਾ ਪਾਣੀ ਰੋਪੜ 'ਚ ਨਹੀਂ ਮਿਲਦਾ। ਸੋ ਰੋਪੜ ਵਰਗਾ ਪਾਰਕਾਂ ਦਾ ਰੋਪੜ 'ਚ ਕੋਈ ਨਾਂ ਨਿਸ਼ਾਨ ਨਹੀਂ ਹੈਗਾ। ਸੋ ਰੋਪੜ ਦਾ ਇਹਨਾਂ ਨੇ ਸੱਤਿਆਨਾਸ਼ ਕੀਤਾ। ਜਿਹੜਾ ਵਾਟਰ ਜਿਹੜਾ ਆਪਣਾ ਉਹ ਸੀਗਾ ਪਿੰਕਾਸ਼ੀਆ, ਜਿਹਨੂੰ ਵੋਟ ਕਲੱਬ ਕਹਿੰਦੇ ਸੀਗੇ, ਉਹ ਇਹਨਾਂ ਅਕਾਲੀਆਂ ਕਾਂਗਰਸੀਆਂ ਨੇ ਉਜਾੜਤਾ। ਕਿਹੜਾ ਵਿਕਾਸ ਕੀਤਾ ਰੋਪੜ 'ਚ ਇਹਨਾਂ ਨੇ, ਦੱਸ ਦੇਣ। ਅੱਜ ਮੈਂ ਰੋਪੜ ਦੇ ਹਾਂ, ਰੋਪੜ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਵਾਰ ਸਵਾਲ ਜ਼ਰੂਰ ਕਰੋ ਇਹਨਾਂ ਲੀਡਰਾਂ ਤੋਂ। ਤੁਸੀਂ ਇੱਕ ਪਹਿਲਾਂ ਤਾਂ ਆਪਣੀ ਘੋਖ ਕਰਕੇ ਦੇਖੋ, ਆਪਣੀ ਸਵੈ ਪੜਚੋਲ ਕਰਕੇ ਦੇਖੋ ਕਿ ਜਿਹੜਿਆਂ ਬੰਦਿਆਂ ਨੇ ਤੁਹਾਡੇ ਘਰਾਂ 'ਚ ਸੀਵਰੇਜ ਦਾ ਪਾਣੀ ਵਾੜਤਾ, ਅੱਜ ਰੋਪੜ ਦੀਆਂ ਗਲੀਆਂ 'ਚ ਲੰਘ ਨਹੀਂ ਹੁੰਦਾ, ਜਿਹੜਿਆਂ ਲੋਕਾਂ ਨੇ ਰੋਪੜ 'ਚ ਪੀਣ ਵਾਲੇ ਪਾਣੀ ਦਾ ਬੰਦੋਬਸਤ ਨਹੀਂ ਕੀਤਾ, ਜਿਹੜਿਆਂ ਲੋਕਾਂ ਨੇ ਰੋਪੜ 'ਚ ਪਾਰਕਾਂ ਦਾ ਜਾਂ ਕਿਸੇ ਆਧੁਨਿਕ ਹੋਰ ਚੀਜ਼ ਦਾ ਬੰਦੋਬਸਤ ਨਹੀਂ ਕੀਤਾ, ਕੂੜਾ ਰੋਪੜ ਦਾ ਸੜਕਾਂ ਦੇ ਉੱਪਰ ਰੁੜਦਾ ਫਿਰਦਾ, ਪਿੰਕਾਸ਼ੀਆ ਰੋਪੜ ਦਾ ਉਜਾੜਤਾ, DCM ਰੋਪੜ ਦੀ ਉਜਾੜਤੀ, ਹਜ਼ਾਰਾਂ ਜਿਹੜੇ ਘਰਾਂ ਦੇ ਚੁੱਲ੍ਹੇ ਬੁੱਝ ਗਏ, ਥਰਮਲ ਪਲਾਂਟ ਰੋਪੜ ਦਾ ਉਜਾੜਤਾ, ਹਜ਼ਾਰਾਂ ਪੋਸਟਾਂ ਖਤਮ ਹੋ ਗਈਆਂ। ਅੰਬੂਜਾ ਦੇ ਵਿੱਚ ਛੋਟੇ ਛੋਟੇ ਇੱਕ ਦੋ ਦੋ ਟਰੱਕਾਂ ਵਾਲੇ ਸੀਗੇ, ਉਹਨਾਂ ਨੂੰ ਖਤਮ ਕਰਕੇ ਉਹਨਾਂ ਨੂੰ ਡਰਾਈਵਰ ਬਣਾਤਾ, ਉੱਥੇ ਵੱਡੀਆਂ ਟਰਾਂਸਪੋਰਟਾਂ ਕਾਬਜ਼ ਕਰਾਤੀਆਂ। ਅੰਬੂਜਾ ਦੇ ਪੋਲਿਊਸ਼ਨ ਕਰਕੇ ਜਿਹੜੇ ਲੋਕ ਜਿਹਨਾਂ ਦੀਆਂ ਜਾਨਾਂ ਜਾਂਦੀਆਂ ਉਹ ਸੜਕਾਂ ਦੇ ਉੱਪਰ ਬੈਠੇ ਆ, ਉਹਨਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ। ਕਿਆ ਫਿਰ ਇਹਨਾਂ ਅਕਾਲੀਆਂ ਕਾਂਗਰਸੀਆਂ ਨੂੰ
कोई नैतिक हक है अज भी आके पिंडा च जे फिर बड़े बड़े फ्लैक्स ला के रंगीन इन्हों लगता हो लोगों ने वोटा पा देनिया। मैं तो रोपड़ हल्के के लोगों को अपील करदा कि इस गल का कोई फर्क नहीं पैंदा कि एम एल ए कौन बनता कौन नहीं बनता, एक बंदे दे एम एल ए बनना फर्क नहीं पैंदा, पर लोग इस चीज़ का फैसला करन कि जिन्हां लोगों ने इन्नी गुंडागर्दी की है रोपड़ हल्के उन्होंने की पिंडा दे विच आके उची उची भाषण देने का हक है, कोई कोई नैतिक अधिकार है उन्होंने वोटा पानिया दूर की गल है। धन्यवाद जी। इस चीज़ ने इस दिनेश चड्ढा जी, तो असीं देख लिया कि रोपड़ हल्के जिहड़ियां समस्यां बारे उजागर किया, जिहड़ा चोण प्रचार सिखरां ते चल रहा है।